ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਪਰਦਾਫਾਸ਼ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਕਿ ਪਰਦਾਫਾਸ਼ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਸੱਚ ਤੋਂ ਅਸੀਂ ਪਰਦਾ ਚੱਕਣ ਦਾ ਯਤਨ ਕਰਦੇ ਹਾਂ ਜਿਹਦੇ 'ਤੇ ਉੱਪਰ ਪਖੰਡੀਆਂ ਨੇ, ਦੰਬੀਆਂ ਨੇ ਬੜੇ ਲੰਬੇ ਸਮੇਂ ਤੋਂ ਆਪਣੀਆਂ ਦੁਕਾਨਾਂ ਚਲਾਉਣ ਦੇ ਲਈ ਪਰਦਾ ਪਾਇਆ ਸੀ। ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜਦੋਂ ਪਰਦਾ ਚੁੱਕਦੇ ਹਾਂ ਤਾਂ ਕਈਆਂ ਨੂੰ ਤਕਲੀਫ ਬੜੀ ਹੁੰਦੀ ਹੈ, ਪਰ ਕੀ ਕੀਤਾ ਜਾਵੇ, ਸੰਗਤ ਨੂੰ, ਕੌਮ ਨੂੰ ਗੁੰਮਰਾਹ ਲੰਮਾ ਸਮਾਂ ਨਹੀਂ ਕੀਤਾ ਜਾ ਸਕਦਾ। ਬੜਾ ਧਿਆਨ ਦੇ ਨਾਲ ਅੱਜ ਤੁਸੀਂ ਸ਼੍ਰਵਣ ਕਰ ਰਹੇ ਹੋ ਪ੍ਰੋਗਰਾਮ, ਅਤੇ ਅੱਜ ਦਰਸ਼ਕੋ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਹੋਇਆ ਮੈਂ ਚੰਡੀਗੜ੍ਹ ਦੀ ਧਰਤੀ 'ਤੇ ਆਇਆ ਹਾਂ, ਅਤੇ ਮੇਰੇ ਨਾਲ ਨੇ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਸੁਣਦੇ ਆ ਰਹੇ ਹੋ, ਅਤੇ ਸਮੇਂ ਸਮੇਂ 'ਤੇ ਆਪਣੀ ਕੌਮ ਨੂੰ ਇੱਕ ਹਲੂਣਾ ਜਿਹਾ ਦਿੰਦੇ ਨੇ ਕਿ ਪੁੱਤ ਬਚਾ ਲਵੋ, ਇਹਨਾਂ ਤੋਂ ਅੱਗੇ ਲੀਡਰ ਪੈਦਾ ਕਰੋ, ਇਹਨਾਂ ਤੋਂ ਅੱਗੇ ਡਾਕਟਰ ਪੈਦਾ ਕਰੋ, ਇਹਨਾਂ ਤੋਂ ਅੱਗੇ ਚਿੰਤਕ ਪੈਦਾ ਕਰੋ। ਇਹਨਾਂ ਦੇ ਅੰਦਰ ਦੀ ਇੱਕ ਤਾਂਘ ਹੁੰਦੀ ਹੈ, ਪਰ ਬਦਕਿਸਮਤੀ ਹੈ ਅਸੀਂ ਇਹਨਾਂ ਦੀਆਂ ਗੱਲਾਂ 'ਤੇ ਬਹੁਤੀ ਗੌਰ ਨਹੀਂ ਕਰਦੇ। ਅਨੇਕ ਤਰ੍ਹਾਂ ਦੀਆਂ ਉਂਗਲਾਂ ਚੁੱਕ ਕੇ ਇਹ 'ਤੇ ਦਾੜੀਆਂ ਬੰਨੀਆਂ ਨੇ, ਇਹ 'ਤੇ ਪ੍ਰੋਫੈਸਰ ਨੇ, ਇਹਨਾਂ ਨੂੰ ਕੀ ਪਤਾ ਕੌਮ, ਇਹਨਾਂ ਨੂੰ ਕੀ ਪਤਾ ਸੰਘਰਸ਼, ਇਹਨਾਂ ਨੂੰ ਕੀ ਪਤਾ ਸ਼ਹਾਦਤਾਂ ਬਾਰੇ। ਇਹ ਗੱਲ ਕਹਿ ਕੇ ਅਸੀਂ ਕਈ ਵਾਰੀ ਇਹਨਾਂ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ, ਔਰ ਮੈਨੂੰ ਇੰਝ ਲੱਗਦਾ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਸਾਨੂੰ ਇਹਨਾਂ ਦੀਆਂ ਗੱਲਾਂ ਚੇਤੇ ਆਉਣਗੀਆਂ। ਹੋ ਸਕਦਾ, ਮੈਂ ਐਸਾ ਆਪਣੀ ਜ਼ੁਬਾਨ ਤੋਂ ਤਾਂ ਨਹੀਂ ਕਹਿਣਾ ਚਾਹੁੰਦਾ, ਹੋ ਸਕਦਾ ਇਹ ਚਿਹਰੇ ਭਾਵੇਂ ਨਾ ਹੋਣ, ਪਰ ਉਸ ਤੋਂ ਬਾਅਦ ਫੋਟੋਆਂ ਪੂਜਣ ਦਾ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਇਹਨਾਂ ਦੀਆਂ ਗੱਲਾਂ 'ਤੇ ਗੌਰ ਕਰੀਏ ਅਤੇ ਸੁਣਨ ਦਾ ਯਤਨ ਕਰੀਏ। ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੀਓਆਂ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਤੁਹਾਡੇ ਰਾਹੀਂ ਤੁਹਾਡੇ ਜਿੰਨੇ ਵੀ ਸਰੋਤੇ ਆ ਦੇਸ਼ ਵਿਦੇਸ਼ਾਂ ਦੇ ਵਿੱਚ, ਸਤਿਕਾਰ ਸਹਿਤ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਸ਼ਕਾਂ ਦੀ ਬੜੀ ਤਾਂਘ ਸੀ ਜੀ ਤੁਹਾਨੂੰ ਸੁਣਨ ਦੀ, ਮਿਹਰਬਾਨੀ ਇਸ ਬਾਬਾ 'ਚ ਲੱਗਿਆ। ਹਾਂਜੀ, ਆ ਥੋੜ੍ਹੇ ਦਿਨ ਪਹਿਲਾਂ ਆਪਾਂ ਕੋਟਕਪੂਰਾ ਚੌਂਕ ਦੇ ਵਿੱਚ ਇਕੱਠੇ ਹੋਏ ਸਾਂ। ਹਾਂਜੀ ਹਾਂਜੀ, ਉੱਥੇ ਲਾਹਨਤ ਦਿਵਸ ਇੱਕ ਮਨਾਇਆ ਗਿਆ ਸੀ, ਲਾਹਨਤਾਂ ਪਾਈਆਂ ਗਈਆਂ ਸਨ, ਤੁਸੀਂ ਵੀ ਬੋਲੇ। ਹਾਂਜੀ ਹਾਂਜੀ, ਉਹਦੇ ਵਿੱਚ ਤੁਹਾਡਾ ਪੂਰਾ ਇੱਕ ਜ਼ੋਰ ਲੱਗਾ ਸੀ ਕਿ ਪੁੱਤ ਬਚਾ ਲਓ, ਪੰਜਾਬ ਦੀ ਜਵਾਨੀ ਬਚਾ ਲਓ, ਅਸੀਂ ਬੜੇ ਅੱਗੇ ਮਰਵਾ ਲਏ, ਖੱਟਿਆ ਕੁਛ ਨਹੀਂ। ਬਿਲਕੁਲ, ਕੁਝ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ, ਕੁਝ ਲੋਕ ਮੌਕੇ 'ਤੇ ਤਾਂ ਨਹੀਂ ਬੋਲੇ, ਪਰ ਤੁਹਾਡੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗਾਹ ਪਾਈ ਰੱਖਿਆ। ਕੋਈ ਗੱਲ ਨਹੀਂ, ਇਹਦੇ ਦੇਖੋ ਜੀ ਸ਼ਹਾਦਤਾਂ ਨੂੰ ਸ਼ੱਕੀ ਕਰਦੇ ਨੇ, ਇਹਨਾਂ ਨੇ ਆਹ ਕਰ ਦਿੱਤਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਸ਼ਹਾਦਤਾਂ ਨੂੰ ਮੈਂ ਸ਼ੱਕੀ ਨਹੀਂ ਕਰਦਾ, ਸ਼ਹਾਦਤ ਦੇ ਇੰਸਟੀਟਿਊਸ਼ਨ ਦੀ ਮੈਂ ਬਹੁਤ ਰਿਸਪੈਕਟ ਕਰਦਾ ਸਿੱਖਿਜ਼ਮ ਦੇ ਵਿੱਚ ਜੀ, ਪਰ ਸ਼ਹਾਦਤ ਖਾਮ ਖਾ ਦੇਣੀ, ਖਾਮ ਖਾ ਆਪਣੇ ਬੱਚਿਆਂ ਨੂੰ ਗਵਾ ਦੇਣਾ, ਖਾਮ ਖਾ ਬੱਚਿਆਂ ਨੂੰ ਐਸੀ ਸਟਰਗਲ 'ਚ ਪਾ ਦੇਣਾ ਜਿਹਦੇ ਵਿੱਚ ਬੱਚਿਆਂ ਦਾ ਨੁਕਸਾਨ ਹੀ ਨੁਕਸਾਨ ਹੋਵੇ, ਦੁਸ਼ਮਣ ਦੀ ਸਟਰੈਂਥ ਸਮਝੇ ਤੋਂ ਬਗੈਰ ਉਸ ਨਾਲ ਟੱਕਰ ਲਾ ਲੈਣੀ, ਮੈਂ ਸਮਝਦਾ ਇੱਕ ਬਹੁਤ ਨਾਦਾਨੀ ਹੈ। ਮੈਂ ਬੇਵਕੂਫੀ ਤਾਂ ਨਹੀਂ ਕਹੂੰਗਾ, ਨਾਦਾਨੀ ਜ਼ਰੂਰ ਹੈ ਜੀ। ਅਸੀਂ ਪਿਛਲੀ ਸਦੀ ਤੋਂ ਲੈ ਕੇ ਸਿੰਘ ਸਭਾ ਤੋਂ ਬਾਅਦ ਅਸੀਂ ਮੋਰਚੇ ਲਾਉਣੇ ਸ਼ੁਰੂ ਕੀਤੇ। ਦੇਖੋ, ਇੱਕ ਮੂਵਮੈਂਟ ਸੀ ਸਿੰਘ ਸਭਾ, ਜਿਸ ਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਸਿੱਖਿਜ਼ਮ ਦੇ ਲਈ ਅਤੇ ਸਿੱਖ ਕਮਿਊਨਿਟੀ ਦੇ ਲਈ। ਇੰਟਲੈਕਚੁਅਲ ਲੈਵਲ 'ਤੇ ਉਹਨਾਂ ਨੇ ਸਿੱਖਿਜ਼ਮ ਦੇ ਵਿੱਚ ਜਿਹੜਾ ਡਾਊਨਫਾਲ ਆ ਗਿਆ ਸੀਗਾ ਉਸ ਨੂੰ ਉੱਤੇ ਚੱਕ ਕੇ ਸਿਖਰ 'ਤੇ ਲੈ ਗਏ ਜੀ, ਜਿਹਦੇ ਵਿੱਚ ਮੈਂ ਕੁਛ ਨਾਂ ਲੈਣਾ ਜਿਹੜੇ ਬੜੇ ਸਤਿਕਾਰਿਤ ਇਨਸਾਨ ਸੀ, ਬੜੀ ਉਹਨਾਂ ਨੇ ਕਾਲਨਾ ਕਾਲੀ ਆਪਣੀ ਜ਼ਿੰਦਗੀ 'ਚ ਔਰ ਬਹੁਤ ਕੁਛ ਕੰਟਰੀਬਿਊਟ ਕੀਤਾ। ਗਿਆਨੀ ਦਿੱਤ ਸਿੰਘ ਇੱਕ ਨਾਂ ਜੀ, ਪ੍ਰੋਫੈਸਰ ਗੁਰਮੁਖ ਸਿੰਘ ਆ, ਭਾਈ ਕਾਨ ਸਿੰਘ ਆ, ਤੋ ਇਸੇ ਤਰੀਕੇ ਦੇ ਨੇ ਹੋਰ ਵੀ ਅਨੇਕਾਂ ਉਹਨਾਂ ਦੇ ਨਾਲ ਸੀਗੇ। ਇਹਨਾਂ ਲੋਕਾਂ ਨੇ ਇੰਟਲੈਕਚੁਅਲ ਆਪਣੀ ਕਲਮ ਦੇ ਨਾਲ ਬਹੁਤ ਜ਼ਿਆਦਾ ਸਿੱਖਿਜ਼ਮ ਦੀ ਸੇਵਾ ਕੀਤੀ ਆ, ਜਿਹੜੀ ਤਾ ਜ਼ਿੰਦਗੀ ਤੱਕ ਸਿੱਖਾਂ ਨੂੰ ਯਾਦ ਰਹੇਗੀ। ਸਿੱਖ ਜਦੋਂ ਉਸ ਗੱਲ ਨੂੰ ਭੁਲਾ ਦਿੰਦੇ ਆ ਫਿਰ ਉਹ ਕਿਸੇ ਨਾ ਕਿਸੇ ਯਾਨੀ ਪ੍ਰੋਬਲਮ 'ਚ ਚਲੇ ਜਾਂਦੇ ਆ। ਮੈਂ ਇੱਕ ਤੁਹਾਨੂੰ ਇਸੇ ਸੰਦਰਭ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਦੱਸਦਾ। ਇੱਕ ਐਡਵਰਡ ਸਾਈਦ ਬਹੁਤ ਬੜਾ ਮੁਸਲਿਮ ਸਕਾਲਰ ਹੋਇਆ ਅਮੈਰੀਕਾ ਦੇ ਵਿੱਚ ਜੀ, ਉਸ ਨੇ ਇੱਕ ਗੱਲ ਕਹੀ ਆ ਕਿ ਘੱਟ ਗਿਣਤੀਆਂ ਨੂੰ, ਉਹ ਮੁਸਲਮਾਨਾਂ ਦੇ ਹੱਕ ਵਿੱਚ ਲਿਖਦਾ ਸੀ, ਉਹਦਾ ਨਾਂ ਸੈਯਦ ਸੀ, ਉਹ ਅੰਗਰੇਜ਼ੀ 'ਚ ਉਹਨੂੰ ਸਾਈਦ ਕਹਿ ਦਿੰਦੇ ਸੀ। ਉਸ ਨੇ ਇੱਕ ਗੱਲ ਕਹੀ ਆ ਕਿ ਘੱਟ ਗਿਣਤੀਆਂ ਨੇ ਜੇ ਦੁਨੀਆ ਦੇ ਵਿੱਚ ਸਰਵਾਈਵ ਕਰਨਾ ਉਹਨਾਂ ਨੂੰ ਪੈਨ ਵਾਰੀਅਰਸ ਚਾਹੀਦੇ ਆ। ਪੈਨ ਵਾਰੀਅਰਸ ਈਡੀਅਮ ਉਸ ਨੇ ਪਹਿਲੀ ਵਾਰ ਸਾਰੀ ਦੁਨੀਆ ਦੀ ਲੈਂਗੁਏਜ ਦੇ ਵਿੱਚ ਇੰਟਰੋਡਿਊਸ ਕੀਤਾ, ਪੈਨ ਵਾਰੀਅਰਸ ਚਾਹੀਦੇ ਆ। ਔਰ ਜੇ ਉਹ ਪੈਨ ਵਾਰੀਅਰਸ ਨਹੀਂ ਹੋਣਗੇ ਉਹ ਇਸ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣਗੇ। ਕੀ ਆ ਗੱਲ ਜੀ, ਅੱਜ ਰੈੱਡ ਇੰਡੀਅਨਸ ਜਿਹੜੇ ਅਮੈਰੀਕਾ
ਅਤੇ ਕੈਨੇਡਾ ਦੀ ਧਰਤੀ ਦੇ ਮਾਲਕ ਸੀ, ਉਹਨਾਂ ਦੀ ਇਹ ਹਾਲਤ ਹੋ ਚੁੱਕੀ ਆ ਕਿ ਉਹ ਇਤਿਹਾਸ ਦੇ ਵਿੱਚੋਂ ਮਿੱਟ ਚੁੱਕੇ ਆ। ਮੇਨ ਸਟ੍ਰੀਮ ਅਮੈਰੀਕਨ ਕੈਨੇਡੀਅਨ ਜਿਹੜੀ ਜੋ ਵੀ ਮੇਨ ਸਟ੍ਰੀਮ ਹੈ ਉਹਨਾਂ ਦੀ, ਉਹਦੇ ਵਿੱਚ ਉਹਨਾਂ ਦਾ ਕੋਈ ਵਿਚਾਰਿਆਂ ਦਾ ਨਾਮੋ ਨਿਸ਼ਾਨ ਨਹੀਂ। ਉਹਨਾਂ ਨੂੰ ਉਹਨਾਂ ਨੇ ਕੁਛ ਕਿੱਤੇ ਦਿੱਤੇ ਜਿੱਥੇ ਉਹ ਸ਼ਰਾਬ ਪੀਂਦੇ ਆ, ਸੜਕਾਂ 'ਤੇ ਰੁਲਦੇ ਫਿਰਦੇ ਆ। ਮਤਲਬ ਇਸ ਕਿਸਮ ਦੀ ਉਹਨਾਂ ਦੀ ਦੁਰਦਿਸ਼ਾ ਹੋਈ ਵੀ ਆ ਉਹਨਾਂ ਮੁਲਕਾਂ 'ਚ ਜਿਹੜੇ ਧਰਤੀ ਦੇ ਅਸਲੀ ਮਾਲਕ, ਅਸਲੀ ਮੂਲ ਨਿਵਾਸੀ ਜਿਹਨਾਂ ਨੂੰ ਤੁਸੀਂ ਕਹਿੰਦੇ। ਆਸਟ੍ਰੇਲੀਆ ਤੁਸੀਂ ਚਲੇ ਜਾਓ, ਨਿਊਜ਼ੀਲੈਂਡ ਤੁਸੀਂ ਚਲੇ ਜਾਓ, ਐਬੋਰੀਜਨਸ ਆ ਉੱਥੇ, ਐਗਜੈਕਟਲੀ ਉਹਨਾਂ ਦੀ ਉਹੀ ਹਾਲਤ ਆ। ਅੱਜ ਜਿਹੜੇ ਬਾਹਰਲੇ ਲੋਕ ਜਿਨ੍ਹਾਂ ਨੇ ਉਹਨੂੰ ਓਕੋਪਾਈ ਦਿੱਤਾ ਕਾਲੋਨੀਅਲ ਸਿਸਟਮ ਦੇ ਨਾਲ ਰਾਹੀਂ, ਉਹ ਅੱਜ ਮੇਨ ਸਟ੍ਰੀਮ ਬਣ ਚੁੱਕੇ ਆ ਅਤੇ ਉਹ ਇਤਿਹਾਸ ਦੇ ਵਿੱਚੋਂ ਮਿਟ ਚੁੱਕੇ ਆ ਜੀ। ਮੈਂ ਹੁਣੇ ਇੱਕ ਕਿਤਾਬ ਪੜ੍ਹ ਰਿਹਾ ਸੀ, ਕੇਂਬਰਿਜ ਹਿਸਟਰੀ ਦਾ ਇੱਕ ਪ੍ਰੋਫੈਸਰ ਆ ਜਿਸ ਦੀ ਸਪੈਸ਼ਲਾਈਜੇਸ਼ਨ ਆ ਚਾਈਨਾ ਦੇ ਉੱਤੇ, ਉਹਦੀ ਇੱਕ ਬਹੁਤ ਹੀ ਪ੍ਰੋਮੀਨੈਂਟ ਕਿਤਾਬ ਚਾਈਨਾ ਸ਼ੈਲ ਰੂਲ ਦੀ ਵਰਲਡ, ਉਹ ਮਿਲੀਅਨਸ ਉਸਦੀਆਂ ਕਾਪੀਆਂ ਵਿਕ ਚੁੱਕੀਆਂ। ਉਹ ਕਹਿੰਦਾ ਵੀ 30-35 ਸਾਲ ਪਹਿਲਾਂ, ਮੈਂ ਸਿੱਖਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਰਾਹੀਂ ਜੀ, ਉਹ ਕਹਿੰਦਾ ਵੀ 35-40 ਸਾਲ ਪਹਿਲਾਂ ਮੈਂ ਗਿਆ ਚਾਈਨਾ ਦੇ ਵਿੱਚ, ਉਸ ਵੇਲੇ ਉੱਥੇ ਕਾਰਾਂ ਨਹੀਂ ਸੀ, ਸਾਈਕਲਾਂ 'ਤੇ ਲੋਕ ਮੋਸਟਲੀ ਤੁਰੇ ਫਿਰਦੇ ਸੀਗੇ। ਕਹਿੰਦਾ ਮੈਂ ਵੀ ਸਾਈਕਲ ਲੈ ਕੇ ਕਿਸੇ ਰਿਮੋਟ ਏਰੀਏ 'ਚ ਚਲਿਆ ਗਿਆ, ਪੇਂਡੂ ਏਰੀਏ ਦੇ ਵਿੱਚ, ਤਾਂ ਮੈਂ ਉੱਥੇ ਦੇਖਿਆ ਇੱਕ ਟੁੱਟੀ ਜਿਹੀ ਦੀਵਾਰ ਦੇ ਉੱਤੇ ਇੱਕ ਬਹੁਤ ਵੱਡਾ ਇਸ਼ਤਿਹਾਰ ਲੱਗਿਆ ਸੀ। ਤਾਂ ਉਹ ਇਸ਼ਤਿਹਾਰ ਕੀ ਸੀ? ਗੁੱਡ ਇਨ ਇੰਗਲਿਸ਼, ਗੁੱਡ ਇਨ ਇੰਗਲਿਸ਼ ਐਂਡ ਗੁੱਡ ਇਨ ਲਾਈਫ, ਪ੍ਰੋਗਰੈਸ ਇਨ ਇੰਗਲਿਸ਼, ਪ੍ਰੋਗਰੈਸ ਇਨ ਲਾਈਫ। ਇਹ ਲਿਖਿਆ ਸੀ, ਸਿਰਫ ਦੋ ਤਿੰਨ ਲਫ਼ਜ਼ ਸੀ, ਪ੍ਰੋਗਰੈਸ ਇਨ ਇੰਗਲਿਸ਼, ਪ੍ਰੋਗਰੈਸ ਇਨ ਲਾਈਫ ਜੀ। ਚਾਈਨਾ ਦੀ ਜ਼ਬਾਨ ਆ ਮੈਂਡਰਿਨ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਭਾਈ ਸਾਹਿਬ ਜੀ ਕਿ ਉਹ ਜ਼ਬਾਨ ਨੂੰ ਅਸੀਂ ਦੁਨੀਆ ਦੀ ਲੈਂਗੁਆ ਫਰੈਂਕਾ ਬਣਾ ਦਈਏ, ਪਰ ਬਣ ਨਹੀਂ ਸਕੇ। ਫਿਰ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਸਾਡੇ ਮੁਲਕ ਦੀ ਪ੍ਰੋਗਰੈਸ ਟੈਕਨੋਲੋਜੀ ਪੁਆਇੰਟ ਆਫ ਵਿਊ ਤੋਂ, ਟ੍ਰੇਡ ਕਾਮਰਸ ਪੁਆਇੰਟ ਆਫ ਵਿਊ ਤੋਂ ਹੋ ਨਹੀਂ ਸਕਦੀ ਜੇ ਸਾਨੂੰ ਇੰਗਲਿਸ਼ ਜ਼ਬਾਨ ਨਹੀਂ ਆਉਂਦੀ। ਓਕੇ, ਅੱਜ ਉੱਥੇ ਪ੍ਰਾਇਮਰੀ ਕਲਾਸ ਤੋਂ ਉੱਪਰ ਤੱਕ ਇੰਗਲਿਸ਼ ਪੜ੍ਹਾਉਣੀ ਕੰਪਲਸਰੀ ਆ। ਮੈਂ ਆਪਣੇ ਸਿੱਖ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਕਹਿੰਦਾ, ਪੰਜਾਬੀ ਲਾਜ਼ਮੀ ਤੌਰ 'ਤੇ ਪੜ੍ਹੋ, ਉਹ ਤੁਹਾਡੀ ਮਾਤਰੀ ਭਾਸ਼ਾ ਹੈਗੀ। ਥੋੜ੍ਹਾ ਜਿਹਾ ਊੜਾ ਆੜਾ ਸਿੱਖ ਲਓ ਉਹਦਾ ਐਲਫਾਬੈਟ, ਤੁਹਾਨੂੰ ਸਾਰੀ ਜ਼ਬਾਨ ਆ ਜਾਏਗੀ ਕਿਉਂਕਿ ਤੁਹਾਡੀ ਉਹ ਮਦਰ ਟੰਗ ਆ। ਲੇਕਿਨ ਇੰਗਲਿਸ਼ ਤੋਂ ਬਗੈਰ ਤੁਹਾਡੀ ਪ੍ਰੋਗਰੈਸ ਹੋ ਨਹੀਂ ਸਕਦੀ। ਇੰਗਲਿਸ਼ ਤੋਂ ਬਗੈਰ ਤੁਸੀਂ ਆਪਣਾ ਪੁਆਇੰਟ ਆਫ ਵਿਊ ਦੁਨੀਆ 'ਚ ਰੱਖ ਨਹੀਂ ਸਕਦੇ, ਨਹੀਂ ਰੱਖ ਸਕਦੇ। ਇੰਗਲਿਸ਼ ਤੋਂ ਬਗੈਰ ਤੁਸੀਂ ਆਪਣੀ ਦਰਦ, ਜਿਹੜੀ ਤਕਲੀਫ ਆ, ਲੋਕਾਂ ਨੂੰ ਦੱਸ ਨਹੀਂ ਸਕਦੇ ਕਿਹੜੀ ਚੀਜ਼ ਤੋਂ ਅਸੀਂ ਸਫ਼ਰ ਕਰ ਰਹੇ ਹਾਂ। ਤੋ ਅੱਜ ਜ਼ਰੂਰੀ ਆ, ਜਿਹੜਾ ਵਰਲਡ ਲੈਂਗੁਏਜ ਇੰਗਲਿਸ਼ ਆ ਉਹ ਗੋਰਿਆਂ ਦੀ ਇਕੱਲਿਆਂ ਦੀ ਜ਼ਬਾਨ ਨਹੀਂ ਰਹੀ ਹੈ ਇਸ ਵੇਲੇ, ਅੱਜ ਦੁਨੀਆ ਦੀ ਜ਼ਬਾਨ ਆ ਜੀ। ਕਿਸੇ ਵਰਲਡ ਫੋਰਮ ਦੇ ਉੱਤੇ ਸਿਰਫ ਤੁਸੀਂ ਇੰਗਲਿਸ਼ ਨਾਲ ਹੀ ਕਮਿਊਨੀਕੇਟ ਕਰ ਸਕਦੇ ਹੋ। ਤੋ ਜੇ ਤੁਸੀਂ ਇੰਗਲਿਸ਼ ਬੋਲਣੀ ਜਾਣਦੇ ਹੋ ਜਾਂ ਇੰਗਲਿਸ਼ ਲਿਖਣੀ ਜਾਣਦੇ ਹੋ, ਤੁਸੀਂ ਭੁੱਖੇ ਨਹੀਂ ਮਰੋਗੇ। ਅੱਜ ਜਿਹੜੇ ਇੰਡੀਅਨਸ ਆ ਆਈਟੀ ਦੇ ਵਿੱਚ ਅਮੈਰੀਕਾ ਦੇ ਵਿੱਚ ਕਿਉਂ ਉੱਥੇ ਮਾਰ ਕੇ ਮਾਰ ਰਹੇ ਆ? ਕਿਉਂਕਿ ਅੰਗਰੇਜ਼ੀ ਜ਼ਬਾਨ ਜਾਣਦੇ ਆ। ਓਕੇ, ਇਹ ਅੰਗਰੇਜ਼ੀ ਜ਼ਬਾਨ ਜਾਣਨ ਦੇ ਨਾਲ ਤੁਸੀਂ ਦੁਨੀਆ 'ਚ ਭੁੱਖੇ ਨਹੀਂ ਮਰ ਸਕਦੇ। ਮੈਂ ਬਹੁਤ ਲੈਕਚਰਾਂ ਦੇ ਵਿੱਚ, ਬਹੁਤ ਇੰਟਰਵਿਊਆਂ 'ਚ ਆਪਣੇ ਕਮਿਊਨਿਟੀ ਨੂੰ ਇਹ ਗੱਲ ਦੱਸ ਚੁੱਕਿਆ। ਮੇਰੀਆਂ ਸਾਰੀਆਂ ਕਿਤਾਬਾਂ ਇੱਕੋ ਹੀ, ਮੇਰੀ ਪੰਜਾਬੀ 'ਚ ਆ, ਬਾਕੀ ਅੰਗਰੇਜ਼ੀ 'ਚ ਆ। ਮੈਂ ਕੋਈ ਕਾਨਵੈਂਟ 'ਚ ਨਹੀਂ ਪੜ੍ਹਿਆ, ਪੇਂਡੂ ਦੇਸੀ ਸਕੂਲਾਂ 'ਚ ਪੜ੍ਹਿਆ। ਪਰ ਮੇਰੀ ਜਦੋਂ ਮੈਂ ਦੇਖਿਆ, ਸਮਝਿਆ ਆਪਣੀ ਜਵਾਨੀ ਦੇ ਵਿੱਚ ਵੀ ਅੰਗਰੇਜ਼ੀ ਤੋਂ ਬਗੈਰ ਪ੍ਰੋਗਰੈਸ ਪੋਸੀਬਲ ਹੀ ਨਹੀਂ ਹੋ ਸਕਦੀ, ਫਿਰ ਮੈਂ ਅੰਗਰੇਜ਼ੀ ਦੇ ਐਲਫਾਬੈਟ ਤੋਂ ਅੰਗਰੇਜ਼ੀ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ। ਟਿਊਸ਼ਨ ਰੱਖੀ ਸਕੂਲ ਟੀਚਰ ਦੀ, ਹਾਲਾਂਕਿ ਮੈਂ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀ। ਅੱਛਾ ਜੀ। ਵੀ ਉੱਥੇ ਦੀ ਗਰਾਮਰ ਹੈ ਜਿਹੜੀ, ਗਰਾਮਰ ਇੰਗਲਿਸ਼ ਦੀ, ਉਹਨੂੰ ਸਮਝਾ, ਐਕਸੈਂਟ ਆਫ ਇੰਗਲਿਸ਼ ਸਮਝਾ, ਜਿਹਨੂੰ ਕਿੰਗਸ ਐਂਡ ਕੁਈਨਸ ਇੰਗਲਿਸ਼ ਕਹਿੰਦੇ। ਦੈਟ ਇਜ਼ ਹਾਓ ਆਈ ਬਿਕੇਮ ਏ ਪ੍ਰੋਫੈਸਰ ਐਟ ਦਿਸ ਯੂਨੀਵਰਸਿਟੀ। ਮੈਂ ਆਪਣੇ ਆਰਟੀਕਲਸ, ਸਟੇਟਸਮੈਨ ਟੋਪ ਦਾ ਅਖਬਾਰ ਆ, ਉਹਦੇ 'ਚ ਮੇਰੇ ਆਰਟੀਕਲ ਛਪਦੇ ਸੀ। ਹਿੰਦੁਸਤਾਨ ਟਾਈਮਸ 'ਚ ਮੇਰੇ ਆਰਟੀਕਲ ਛਪਦੇ, ਇੰਗਲਿਸ਼ ਟ੍ਰਿਬਿਊਨ 'ਚ ਮੇਰੇ ਆਰਟੀਕਲ, ਇੰਡੀਅਨ ਐਕਸਪ੍ਰੈਸ ਦੇ ਵਿੱਚ, ਸਾਰੇ ਅਖਬਾਰਾਂ 'ਚ ਮੈਂ ਆਰਟੀਕਲ ਲਿਆ। ਆਪਣੇ ਪੁਆਇੰਟ ਆਫ ਵਿਊ 'ਤੇ ਮੈਂ ਗੱਲ ਕਰਦਾ ਸੀ, ਸਿਰਫ ਇਸ ਕਰਕੇ ਕਿ ਮੈਂ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਥਰੂ ਹਾਰਡ ਵਰਕ, ਕੋਈ ਚੀਜ਼ ਈਜ਼ੀ ਨਹੀਂ, ਸ਼ਾਰਟਕੱਟ ਕੁਛ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਤੁਹਾਨੂੰ ਮਿਹਨਤ ਕਰਨੀ ਪੈਂਦੀ ਆ, ਬਲੱਡ ਐਂਡ ਸਵੱਟ, ਪਸੀਨਾ ਖੂਨ ਬਹਾਉਣਾ ਪੈਂਦਾ, ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਪ੍ਰੋਗਰੈਸ। ਮੇਰੀ ਕਈ ਮੇਰੇ ਬਹੁਤ ਪਿਆਰ ਕਰਨ ਵਾਲੇ ਮੇਰੇ
ਸਰੋਤੇ ਆ ਉਹ ਕਹਿਣਗੇ ਡਾਕਟਰ ਸਾਹਿਬ ਤੁਹਾਡੀ ਅੰਗਰੇਜ਼ੀ ਸਮਝ ਨਹੀਂ ਆਉਂਦੀ। ਮੈਂ ਕਿਹਾ ਭਲਿਓ ਲੋਕੋ ਮੈਂ ਤੁਹਾਨੂੰ ਏ ਬੀ ਸੀ ਤਾਂ ਸਿਖਾ ਨਹੀਂ ਸਕਦਾ, ਮੇਰੇ ਕੋਲ ਨਾ ਇੰਨੇ ਸਾਧਨ ਆ ਨਾ ਮੇਰੇ ਕੋਲ ਇੰਨਾ ਟਾਈਮ। ਸੋ ਸਿੱਖਾਂ ਨੂੰ ਦੋ ਤਿੰਨ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ, ਅੰਗਰੇਜ਼ੀ ਜ਼ਬਾਨ ਉਸ ਨੂੰ ਕਿਸ ਤਰ੍ਹਾਂ ਬੋਲਣਾ ਅਤੇ ਕਿਸ ਤਰ੍ਹਾਂ ਉਸ ਨੂੰ ਲਿਖਣਾ। ਹੁਣ ਮਾਫ਼ ਕਰਨਾ, ਅਸੀਂ ਪਾਰਲੀਮੈਂਟ ਦੇ ਵਿੱਚ ਕਿੰਨੇ ਮੈਂਬਰ ਭੇਜੇ ਆ, ਬੋਲਦੇ ਮੂੰਹ ਖੁੱਲ੍ਹਦਾ ਤਾਂ ਨਹੀਂ ਉਹਨਾਂ ਦਾ। ਜੇ ਮੂੰਹ ਖੁੱਲ੍ਹਦਾ ਚੰਦੂ ਮਾਰਦੇ ਤਾਂ ਬੜੀ ਭੈੜੀ ਪੰਜਾਬੀ 'ਚੋਂ ਬੋਲਦਾ ਪਾਰਲੀਮੈਂਟ ਦੇ, ਪੰਜਾਬੀ ਦਾ ਹਿੰਦੀ ਦਾ ਬੁਰਾ ਨਾਸ ਮਾਰ ਦਿੰਦੇ, ਮਜ਼ਾਕ ਦੇ ਪੱਤਰ ਬਣ ਕੇ ਰਹਿ ਜਾਂਦੇ ਨੇ। ਬਿਲਕੁਲ ਚੋਕ, ਇਸੇ ਤਰ੍ਹਾਂ ਆਹ ਜਿਹੜਾ ਮਸਖਰਾ ਹੈਗਾ ਭਗਵੰਤ ਮਾਨ, ਇਸੇ ਤਰੀਕੇ ਦੇ ਨਾਲ ਆਪਣੇ ਮਾਨ ਸਾਹਿਬ ਆ ਸਿਮਰਜੀਤ ਸਿੰਘ ਜੀ ਮਾਨ, ਨਾ ਗੱਲ ਸਮਝਦੀ ਨਾ ਲੈਣੀ ਨਾ ਦੇਣੀ ਨਾ ਮਤਲਬ ਉੱਥੇ ਕਿਰਪਾਨ ਦੇ ਉੱਤੇ, ਕਿਰਪਾਨ ਦਾ ਤਾਂ ਤੁਹਾਡੇ ਸੀਡਸ ਪਏ ਆ ਕੰਸਟੀਟਿਊਸ਼ਨ ਆਰਟੀਕਲ 25 ਦੇ ਵਿੱਚ ਪਏ, ਖਰੇ ਨਹੀਂ ਹੋ ਤੋਂ। ਮਤਲਬ ਕਹਿਣ ਦਾ ਆ ਜੇ ਅਸੀਂ ਚੰਗੇ ਪਾਰਲੀਮੈਂਟੇਰੀਅਨ ਜਿਹੜੇ ਸੀਰੀਅਸ ਨੇਚਰ ਦੇ ਹੋਣ, ਇੰਗਲਿਸ਼ ਜ਼ਬਾਨ ਨੂੰ ਸਮਝਦੇ ਹੋਣ, ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਣ, ਐਂਡ ਦੇ ਕੈਨ ਸਪੀਕ ਪ੍ਰੋਪਰ ਇੰਗਲਿਸ਼ ਔਨ ਦੀ ਫਲੋਰ ਆਫ ਦਾ ਪਾਰਲੀਮੈਂਟ, ਡਿਸਾਈਡਲੀ ਵੀ ਕੈਨ ਪੁੱਟ ਆਰ ਪੁਆਇੰਟ ਆਫ ਵਿਊ, ਅਸੀਂ ਆਪਣੀ ਗੱਲ ਕਨਵਿੰਸਿੰਗਲੀ ਕਰ ਸਕਦੇ ਹਾਂ। ਕਿਉਂਕਿ ਸਾਊਥ ਇੰਡੀਅਨ ਲੋਕ ਆ ਤੁਹਾਡੇ ਨਾਲ ਹਮਦਰਦੀ ਰੱਖਣਗੇ, ਕਿਉਂਕਿ ਉਹਨਾਂ ਦੀਆਂ ਸਮੱਸਿਆਵਾਂ ਵੀ ਇਸੇ ਕਿਸਮ ਦੀਆਂ ਜਿਵੇਂ ਸਿੱਖਾਂ ਦੀਆਂ ਸਮੱਸਿਆਵਾਂ। ਅਸੀਂ ਆਪਣੀ ਗੱਲ ਨੂੰ ਉਹਨਾਂ ਦੇ ਤੋਂ ਉਹਨਾਂ ਨੂੰ ਕਨਵੇ ਕਰਕੇ ਕਨਵਿੰਸ ਕਰਕੇ, ਦਲੀਲ ਨਾਲ ਹੋਏਗੀ ਗੱਲ, ਸੋਟੀ ਨਾਲ ਤਲਵਾਰ ਦੇ ਨਾਲ ਕਿਰਪਾਨ ਨਾਲ ਨਹੀਂ ਹੋਣੀ, ਗੱਲ ਦਲੀਲ ਦੇ ਨਾਲ ਹੋਣੀ। ਗੱਲ ਹੈ ਅੱਜ ਦਾ ਯੁੱਗ ਆਈਡੀਆਜ਼ ਦਾ ਯੁੱਗ ਆ ਜੀ, ਉਸ ਆਈਡੀਆਜ਼ ਦੇ ਨਾਲ ਅਸੀਂ ਇੱਕ ਬਹੁਤ ਵੱਡੀ ਸਪੋਰਟ ਮਸਟਰ ਕਰ ਸਕਦੇ ਹਾਂ ਔਰ ਆਪਣੀ ਗੱਲ ਕਹਿ ਸਕਦੇ ਹਾਂ ਔਰ ਆਪਣੀ ਸਪੋਰਟ ਦੇ ਵਿੱਚ ਬੰਦੇ ਖੜ੍ਹੇ ਕਰ ਸਕਦੇ ਹਾਂ। ਅੱਜ ਜੋ ਵੀ ਕੁਛ ਚੰਦਰ ਬਾਬੂ ਨਾਇਡੂ ਆ, ਹੁਣ ਉਹ ਅੰਗਰੇਜ਼ੀ 'ਚ ਬੋਲ ਕੇ ਹੀ ਗੱਲ ਕਰ ਰਿਹਾ ਨਾ ਸਾਊਥ ਇੰਡੀਅਨਸ ਦੇ ਨਾਲ, ਉਹ ਪੰਜਾਬ ਆਪਣੀ ਜ਼ਬਾਨ 'ਚ ਤਾਂ ਨਹੀਂ ਗੱਲ ਕਰ ਸਕਦਾ। ਤੋ ਅੱਜ ਜ਼ਰੂਰਤ ਆ ਸਾਨੂੰ ਇਹ ਗੱਲ ਸਮਝਣ ਦੀ ਕਿ ਲੜਾਈ ਕਿਰਪਾਨ ਦੀ ਨਹੀਂ ਹੈ, ਲੜਾਈ ਜ਼ਬਾਨ ਅਤੇ ਦਿਮਾਗ ਦੀ ਹੈ ਜੀ। ਦਿਮਾਗ ਤੁਹਾਡੇ ਕੋਲ ਹੋਵੇ, ਮਿਹਨਤ ਤੁਸੀਂ ਕਰਦੇ ਹੋਵੋ, ਸਮੱਸਿਆ ਨੂੰ ਸਮਝਦੇ ਹੋਵੋ, ਸਮੱਸਿਆ ਨੂੰ ਬਾਦਲੀਲ ਇੰਗਲਿਸ਼ ਲੈਂਗੁਏਜ ਬਿਊਟੀਫੁਲ ਉਸਦੇ ਈਡੀਅਮ 'ਚ ਤੁਸੀਂ ਕਨਵੇ ਕਰਦੇ ਹੋ, ਆਰਗੂਮੈਂਟ ਦੇ ਨਾਲ ਤੁਹਾਡੀ ਗੱਲ ਸੁਣੀ ਜਾਏਗੀ ਜੀ। ਮੇਰਾ ਇਹ ਮੰਨਣਾ, ਮੇਰੀ ਇਹ ਕਨਵਿਕਸ਼ਨ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਭਗਵੰਤ ਮਾਨ ਮਸਖਰਾ ਕਰਕੇ ਉੱਥੇ ਮਖੌਲ ਕਰਕੇ ਪਾਰਲੀਮੈਂਟ 'ਚ ਆ ਜਾਂਦਾ ਔਰ ਸਿੱਖਾਂ ਦਾ ਵੀ ਜਲੂਸ ਕੱਢਦਾ, ਵੀ ਇਸ ਕਿਸਮ ਦੇ ਸਿੱਖ ਤੁਹਾਡੀ ਮਾਨਸਿਕਤਾ ਲਹੂ ਲੁਹਾਣ ਹੋਈ ਪਈ ਆ ਔਰ ਤੁਸੀਂ ਉੱਥੇ ਜੋਕ ਕਰ ਰਹੇ ਹੋ, ਮੈਨੂੰ ਤਾਂ ਬੜਾ ਦੁੱਖ ਹੁੰਦਾ ਇਸ ਗੱਲ, ਬੜੀ ਮੈਨੂੰ ਪੇਨ ਹੁੰਦੀ ਹੈ। ਤੁਸੀਂ ਆਪਣੀ ਰਾਈਟਿੰਗ ਅਤੇ ਆਪਣੀ ਜ਼ਬਾਨ ਦੇ ਵਿੱਚ ਜਿੰਨੀ ਦੇਰ ਐਂਗੁਸ਼ ਕਹਿੰਦੇ ਆ, ਐਂਗੁਸ਼ ਹੁੰਦਾ ਤੁਹਾਡਾ ਦੁਖਾਂਤ, ਜਿੰਨੀ ਦੇਰ ਤੁਸੀਂ ਆਪਣਾ ਦੁਖਾਂਤ ਕਨਵੇ ਨਹੀਂ ਕਰਦੇ ਨਿਊਟਰਲ ਬੰਦਿਆਂ ਨੂੰ, ਉਨੀ ਦੇਰ ਤੁਹਾਡੀ ਗੱਲ ਬਣਨੀ ਨਹੀਂ ਹਿੰਦੁਸਤਾਨ ਦੀ ਪੋਲੀਟਿਕਸ ਦੇ ਵਿੱਚ। ਮਸਖਰਿਆਂ ਨੂੰ ਪਾਰਲੀਮੈਂਟ ਭੇਜ ਕੇ ਨਹੀਂ ਗੱਲ ਬਣਨੀ, ਜਿਹੜੇ ਕਿਰਪਾਨ ਨੂੰ ਚਿੰਬੜੇ ਹੋਏ ਆ ਉਹਨਾਂ ਨੂੰ, ਮੈਂ ਕਿਰਪਾਨ ਦਾ ਵਿਰੋਧੀ ਨਹੀਂ, ਕਿਰਪਾਨ ਸਿੱਖਾਂ ਦਾ ਇੱਕ ਸਿੰਬਲ ਹੈ ਜੀ ਜਿਹੜਾ ਬਹੁਤ ਇੰਪੋਰਟੈਂਟ ਹੈ, ਗੁਰੂ ਦੀ ਸਾਨੂੰ ਦਿੱਤੀ ਹੋਈ ਬਰਕਤ ਆ, ਪਰ ਕਿਰਪਾਨ ਦੀ ਵੀ ਗੱਲ ਦਲੀਲ ਨਾਲ ਹੀ ਹੋਏਗੀ, ਕਿਰਪਾਨ ਦੀ ਵੀ ਗੱਲ ਕੰਸਟੀਟਿਊਸ਼ਨ 'ਚੋਂ ਫਰੋਲ ਕੇ ਹੋਏਗੀ, ਕਿਰਪਾਨ ਦੀ ਗੱਲ ਐਚ ਐਮ ਸੀਰਬਾਈ ਆ ਜਿਸ ਨੇ ਕਮੈਂਟਰੀ ਲਿਖੀ ਆ ਔਰ ਉਸ ਦੀ ਕਮੈਂਟਰੀ ਨੂੰ ਅੱਜ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ, 22 ਉਹਦੇ ਵਰਕਸ ਹੈਗੇ ਆ ਇੰਡੀਅਨ ਕੰਸਟੀਟਿਊਸ਼ਨ ਦੇ ਉੱਤੇ। ਉਹ ਗੁਜ਼ਰ ਗਿਆ ਹੁਣ ਤਾਂ ਵਿਚਾਰਾ ਮਹਾਰਾਸ਼ਟਰ 'ਚ ਰਹਿੰਦਾ ਜੀ, ਉਸ ਨੇ ਗੱਲ ਸਾਫ਼ ਤੌਰ ਦੇ ਉੱਤੇ ਲਿਖੀ ਹੈ ਕਿ ਕਿਰਪਾਨ ਦਾ ਸਾਈਜ਼ 6 ਇੰਚ ਤੋਂ 3 ਫੁੱਟ ਤੱਕ ਹੋ ਸਕਦਾ, ਪਰ ਮਾਨ ਸਾਹਿਬ ਨੇ ਨਾ ਸੀਰਵਾਈ ਨੂੰ ਸੁਣਿਆ ਨਾ ਸੀਰਵਾਈ ਬਾਰੇ ਪੜ੍ਹਿਆ। ਤੋ ਟ੍ਰੈਜਡੀ ਸਾਡੀ ਆਪਣੀ ਆ, ਮਾਫ਼ ਜੀ, ਅਸੀਂ ਟ੍ਰੈਜਡੀ ਆਪਣੀ, ਅਸੀਂ 47 ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਸ ਤਰ੍ਹਾਂ ਪਾਰਟੀਸ਼ਨ ਹੋ ਰਹੀ, ਅਸੀਂ ਕਿਤੇ ਪਾਰਟੀਸਪੇਟ ਹੀ ਨਹੀਂ ਕੀਤਾ, ਅਸੀਂ ਰਾਊਂਡ ਟੇਬਲ ਕਾਨਫਰੰਸ 'ਤੇ ਕੋਈ ਫਰੀਡਮ ਸਟਰਗਲ ਮੂਵਮੈਂਟ ਨਹੀਂ ਹੋਈ। ਮਾਫ਼ ਕਰ, ਇੱਕ ਮਿੱਥ ਆ ਜਿਹੜੀ ਹਿੰਦੂ ਨੇ ਆਪਣੀ ਕਲਮ ਦੇ ਨਾਲ ਕ੍ਰੀਏਟ ਕਰ ਦਿੱਤੀ। ਪਰ ਜਿਹੜੇ ਸਾਡੇ ਹੁਣ ਪ੍ਰਚਾਰਕ ਵੀ ਅਤੇ ਸਾਡੇ ਸਿੱਖ ਕਹਿੰਦੇ ਆ ਆਜ਼ਾਦੀ ਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਫਿਰ ਕੀ ਹੈ? ਉਹ ਸਿੱਖ ਨੂੰ ਸਮਝ ਨਹੀਂ ਸੀ, 1935 ਵਿੱਚ ਅੰਗਰੇਜ਼ਾਂ ਨੇ ਸਾਫ਼ ਤੌਰ ਦੇ ਉੱਤੇ ਕਹਿਤਾ ਸੀ ਕਿ ਅਸੀਂ ਦੇਸ਼ ਛੱਡ ਕੇ ਜਾ ਰਹੇ ਹਾਂ, ਅਸੀਂ ਮੁਲਕ ਛੱਡ ਕੇ ਜਾ ਰਹੇ ਹਾਂ। ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜਾ ਕਲੋਨੀਅਲ ਸਿਸਟਮ ਸੀ ਉਹ ਭਾਰੂ ਹੋ ਗਿਆ,
ਉਹ ਲਾਇਬਿਲਟੀ ਬਣ ਗਿਆ ਅੰਗਰੇਜ਼ਾਂ ਦੇ ਕੰਧਿਆਂ ਦੇ ਉੱਤੇ। ਤਾਂ ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਸਾਰੀਆਂ ਕਲੋਨੀਜ਼ ਛੱਡ ਕੇ ਵਾਪਸ ਚਲੇ ਜਾਣਾ। ਤਾਂ ਸਿੱਖ ਤਾਂ ਮਤਲਬ ਸਿੱਖ ਨੂੰ ਸਮਝ ਨਹੀਂ ਸੀ ਆ ਰਹੀ ਵੀ ਗੱਲ ਕੀ ਹੋ ਰਹੀ। ਗੱਲ ਤਾਂ ਦਿਮਾਗੀ ਤੌਰ 'ਤੇ ਉਸ ਚੈੱਸ ਬੋਰਡ 'ਤੇ ਬੈਠ ਕੇ ਉਸਨੂੰ ਸਮਝਣ ਦੀ ਸੀ। ਹਿੰਦੂਆਂ ਨੇ ਕੋਈ ਬੰਦਿਆਂ ਨੇ ਕਿਸੇ ਨੇ ਆਪਣੀ ਚੂਚੀ ਦਾ ਇੱਕ ਤੁਬਕਾ ਵੀ ਖੂਨ ਵਹਾਇਆ, ਕਿਸੇ ਹਿੰਦੂ ਨੇ ਆਪਣੀ ਜਾਨ ਦਿੱਤੀ ਹੈ, ਕਿਸੇ ਹਿੰਦੂ ਨੇ ਆਪਣੇ ਮੋਰਚੇ ਲਾਏ ਆ, ਕਿਸੇ ਮੁਸਲਮਾਨ ਨੇ ਜਿਨ੍ਹਾਂ ਸਾਹਿਬ ਕਦੇ ਜੇਲ੍ਹ 'ਚ ਗਏ ਆ, ਅੰਬੈਦਕਰ ਸਾਹਿਬ ਕਦੇ ਜੇਲ੍ਹ 'ਚ ਗਏ ਆ, ਇਹ ਇੰਟਲੈਕਚੁਅਲ ਸੀਗੇ, ਪੜ੍ਹੇ ਲਿਖੇ ਸੀ, ਵਿਦਵਾਨ ਸੀ, ਵੈਸਟਰਨ ਕੰਟਰੀਜ਼ ਦੇ ਵਿੱਚ ਉਹਨਾਂ ਨੇ ਨੌਲੇਜ ਗ੍ਰਹਿਣ ਕੀਤੀ ਸੀ, ਵਰਲਡ ਵਾਈਡ ਉਹਨਾਂ ਦਾ ਵਿਜ਼ਨ ਸੀ ਜੀ। ਸਾਡੀ ਟ੍ਰੈਜਡੀ ਇਹ ਆ ਅਨਪੜ੍ਹ ਬੰਦਿਆਂ ਦੇ ਹੱਥ ਪੈ ਗਏ ਸਿੰਘ ਸਭਾ ਤੋਂ ਬਾਅਦ, ਇੱਕ ਸਾਡੀ ਟ੍ਰੈਜਡੀ ਹੈ। ਜੇ ਇਸ ਨੂੰ ਕਹੋ ਲੋਕ ਮੇਰੇ ਗਲ ਪੈ ਜਾਂਦੇ ਆ, ਮੈਨੂੰ ਗਾਲਾਂ ਕੱਢਦੇ ਆ, ਮੈਨੂੰ ਬੁਰੀਆਂ ਭਲੀਆਂ ਗੱਲਾਂ ਕਹਿੰਦੇ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਮੈਟਰਨਿਕ ਆਸਟਰੀਆ ਦਾ ਇੱਕ ਬਹੁਤ ਇੰਪੋਰਟੈਂਟ ਆਦਮੀ ਪ੍ਰਾਈਮ ਮਿਨਿਸਟਰ ਰਿਹਾ ਜੀ। 40 ਸਾਲ ਉਸਨੇ ਮਖੂ ਸਾਹਿਬ ਯੂਰਪ ਦੀ ਪੋਲੀਟਿਕਸ ਨੂੰ ਹੱਥਾਂ 'ਤੇ ਖਿਲਾਇਆ। ਉਹਦੇ ਬਾਰੇ ਬੰਦੇ ਨੇ, ਉਸ ਬੰਦੇ ਨੇ ਇੱਕ ਲੜਾਈ ਨਹੀਂ ਲੜੀ, ਕਿਸੇ ਬੈਟਲ ਫੀਲਡ 'ਚ ਨਹੀਂ ਗਿਆ, ਕਿਸੇ ਵਾਰ 'ਤੇ ਨਹੀਂ ਗਿਆ। ਉਹ ਇੱਕ ਗੱਲ ਕਹਿੰਦਾ ਹੁੰਦਾ ਸੀ, ਸੁਣਨ ਵਾਲੀ ਗੱਲ ਆ, ਬੈਟਲਸ ਆਰ ਫੋਟ ਇਨ ਦੀ ਬੈਟਲ ਫੀਲਡ ਬਟ ਆਰ ਵਨ ਔਨ ਦੀ ਨੈਗੋਸ਼ੀਏਟਿੰਗ ਟੇਬਲ। ਲੜਾਈਆਂ ਲੜੀਆਂ ਜਾਂਦੀਆਂ ਮੈਦਾਨੇ ਜੰਗ ਦੇ ਵਿੱਚ, ਜਿੱਤੀਆਂ ਜਾਂਦੀਆਂ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ। ਕਿਆ ਬਾਤ ਹੈ! 40 ਸਾਲ ਉਸ ਬੰਦੇ ਨੇ, ਇਹ ਕਿਹਾ ਜਾਂਦਾ ਜਿਸ ਤਰ੍ਹਾਂ ਇੱਕ ਮਦਾਰੀ ਗੇਂਦ ਦਾ 5 ਅਸਮਾਨ 'ਚ ਰੱਖਦਾ ਨਾ, ਗਿਰ ਨਹੀਂ ਦਿੰਦਾ, ਉਹ ਇਸ ਕਿਸਮ ਦਾ ਛਾਤਰ ਦਿਮਾਗ ਇਨਸਾਨ ਸੀ। ਗਾਂਧੀ ਵੀ ਉਸੇ ਕਿਸਮ ਦਾ ਚਲਾਕ ਅਤੇ ਛਾਤਰ ਇਨਸਾਨ ਸੀ। ਗਾਂਧੀ ਨੂੰ ਆਪਾਂ 1,00,000 ਗਾਲਾਂ ਕੱਢਦੇ ਹਾਂ ਸੁਬਹ ਤੋਂ ਸ਼ਾਮ ਤੱਕ, ਪਰ ਗਾਂਧੀ ਨੂੰ ਸਮਝ ਤਾਂ ਲਓ। 104 ਉਸ 'ਤੇ ਕਲੈਕਟਿਡ ਵਰਕਸ ਆ, 104 ਕਿਤਾਬਾਂ ਲਿਖੀਆਂ ਵੀ ਉਹਨੇ। ਹਰੀਜਨ ਉਸਦਾ ਇੱਕ ਅਖਬਾਰ ਸੀ ਜਿਹੜਾ ਉਹ ਆਪ ਐਡਿਟ ਕਰਦਾ ਸੀ, ਉਹਦੀ ਐਡੀਟੋਰੀਅਲ ਆਪ ਲਿਖਦਾ ਸੀ। ਉਹ ਅੰਗਰੇਜ਼ੀ ਜ਼ਬਾਨ ਦਾ ਬਹੁਤ ਮਾਹਰ ਸੀ। ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਉਸਦੀ ਆਟੋਬਾਇਓਗ੍ਰਾਫੀ ਉਹ ਪੜ੍ਹਨ ਵਾਲੀ ਆ। ਉਹ ਦੁਨੀਆ ਦੀਆਂ ਵਨ ਆਫ ਦੀ ਬੈਸਟ ਆਟੋਬਾਇਓਗ੍ਰਾਫੀਸ 'ਚ ਮੰਨੀ ਜਾਂਦੀ ਹੈ। ਗਾਲਾਂ ਕੱਢ ਲਓ, ਗਾਲਾਂ ਕੱਢਣ ਦੇ ਨਾਲ ਤਾਂ ਗਾਂਧੀ ਛੋਟਾ ਨਹੀਂ ਹੋਣਾ। ਜੋ ਗਾਂਧੀ ਹਿੰਦੂ ਕੌਮ ਨੂੰ ਦੇ ਗਿਆ, ਜੇ ਰਾਮ ਅਤੇ ਕ੍ਰਿਸ਼ਨ ਰੀਅਲ ਕੈਰੈਕਟਰ ਹੁੰਦੇ ਉਹ ਨਹੀਂ ਸੀ ਦੇ ਸਕਦੇ। ਅੱਜ ਦੁਨੀਆ ਦਾ 5ਵਾਂ ਤਾਕਤਵਰ ਮੁਲਕ ਆ ਹਿੰਦੁਸਤਾਨ। ਜਿਸ ਬੰਦੇ ਨੇ ਆਪਣੀਆਂ ਗੱਲਾਂ ਨਾਲ, ਆਪਣੇ ਸੱਤਿਆਗ੍ਰਹਿਆਂ ਦੇ ਨਾਲ ਇਹ ਮੁਲਕ ਹਿੰਦੂਆਂ ਦੇ ਹਵਾਲੇ ਕਰ ਗਿਆ, ਔਰ ਉਸ ਨੇ ਇਤਨਾ ਸ਼ਾਤਰ ਇਨਸਾਨ ਸੀ ਕਿ ਮੁਸਲਮਾਨਾਂ ਨੂੰ ਬਾਹਰ ਕੱਢ ਕੇ ਮਾਰਿਆ। ਉਹਦਾ ਅੰਗਰੇਜ਼ੀ 'ਚ ਲਾ ਇੰਝ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਕੌਮ ਲਈ ਚੰਗਾ ਸੀ, ਬਾਕੀਆਂ ਲਈ ਤਾਂ ਨਹੀਂ ਨਾ। ਬਾਕੀਆਂ ਲਈ ਕਿਉਂ ਚੰਗਾ ਹੋਵੇ? ਉਹ ਕਿਹਦਾ ਲੀਡਰ ਸੀ? ਉਹ ਹਿੰਦੂਆਂ ਦਾ ਲੀਡਰ ਸੀ, ਨਾ ਕਿ ਸਿੱਖਾਂ ਦਾ ਲੀਡਰ ਸੀ, ਨਾ ਮੁਸਲਮਾਨਾਂ ਦਾ ਲੀਡਰ ਸੀ। ਮੁਸਲਮਾਨਾਂ ਦਾ ਉਹ ਜਾਨੀ ਦੁਸ਼ਮਣ ਸੀ, ਸਿੱਖਾਂ ਨੂੰ ਉਹ ਕਦੇ ਚਿੱਤ ਆਪਣੇ ਮਨ ਮਾਨਸਿਕਤਾ 'ਚ ਠੀਕ ਹੀ ਨਹੀਂ ਸੀ ਸਮਝਦਾ, ਸਿੱਖਾਂ ਨੂੰ ਨਫ਼ਰਤ ਕਰਦਾ ਸੀ, ਸਮਝੇ ਕਿ ਨਹੀਂ? ਉਸ ਕੱਟੜ ਸਨਾਤਨ ਹਿੰਦੂ ਸੀ। ਓਕੇ, ਔਰ ਕੱਟੜ ਸਨਾਤਨ ਹਿੰਦੂ ਜਿਹੜੀਆਂ ਰਸਮੋਂ ਰਿਵਾਜ਼ਾਂ ਉਹਨਾਂ ਨੂੰ ਮੰਨਦਾ ਸੀ। ਪਰ ਜਿਹੜੇ ਕੱਟੜ ਜਿਵੇਂ RSS ਹੋ ਗਈ, ਇਹ ਤਾਂ ਉਹਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੇ। ਇਹ ਤਾਂ ਇਹਨਾਂ ਨੂੰ ਤਾਂ ਸਮਝ ਨਹੀਂ ਕਿਸੇ ਗੱਲ ਦੀ। ਇਹਨਾਂ ਨੇ ਤਾਂ ਹਿੰਦੂਇਜ਼ਮ ਨੂੰ ਰੋਲ ਦਿੱਤਾ, ਉਹ ਵੀ ਮੈਂ ਤੁਹਾਨੂੰ ਦੱਸ ਦੂੰ ਕਿਵੇਂ ਰੋਲ, ਤਾਂ ਲੋਕ ਸਮਝਦੇ ਨਹੀਂ। 7 ਕਰੋੜ ਲੰਗਾਇਤ ਜਿਹੜੇ ਹਿੰਦੂ ਧਰਮ ਦੇ ਵਿੱਚ ਸੀ ਉਹ ਹਿੰਦੂ ਧਰਮ ਨੂੰ ਛੱਡ ਕੇ ਚਲੇ ਗਏ, ਕਰਨਾਟਕਾ 'ਚੋਂ ਚਲੇ ਗਏ, ਮਹਾਰਾਸ਼ਟਰ 'ਚੋਂ ਚਲੇ ਗਏ, ਆਂਧਰਾ 'ਚੋਂ ਚਲੇ ਗਏ ਜੀ। ਲੱਖਾਂ ਕਰੋੜਾਂ ਜਿਹੜੇ ਹਰੀਜਨ ਸੀ, ਹਿੰਦੂਇਜ਼ਮ ਦੇ ਫੋਲਡ ਸੀ, ਉਹ ਬੁੱਧੀ ਬਣ ਗਏ। ਜਿਹੜਾ ਨੈਰੋ ਪ੍ਰਿਜ਼ਮ ਆ ਨਾ, ਨੈਰੋ ਪ੍ਰਿਜ਼ਮ ਜਿਸ ਕਿਸਮ ਦੀ RSS ਖੇਡ ਖੇਡ ਰਿਹਾ, ਔਰ ਉਸੇ ਕਿਸਮ ਦੀ ਸਿੱਖ ਖੇਡ ਖੇਡ ਰਹੇ ਆ ਫੰਡਾਮੈਂਟਲਿਸਟ, ਮੈਂ ਹੁਣ ਉੱਥੇ ਆਉਣਾ ਤੁਹਾਨੂੰ, ਇਹ ਧਰਮ ਨੂੰ ਤਬਾਹ ਕਰ ਦੇਣਗੇ। ਸਿੱਖਇਜ਼ਮ ਇੱਕ ਬੜਾ ਪ੍ਰੋਗਰੈਸਿਵ ਰਿਲੀਜਨ ਆ। ਸਿੱਖਇਜ਼ਮ ਮਾਡਰਨਿਟੀ ਨੂੰ ਟੱਚ ਕਰਦਾ, ਪ੍ਰੋਗਰੈਸ ਨੂੰ ਟੱਚ ਕਰਦਾ, ਆਦਮੀ ਦੀ ਹਰ ਪਹਿਲੂ 'ਤੇ ਸਿੱਖਇਜ਼ਮ ਪ੍ਰੋਗਰੈਸ ਚਾਹੁੰਦਾ, ਸਮਾਜਿਕ ਤੌਰ 'ਤੇ ਚਾਹੁੰਦਾ, ਧਾਰਮਿਕ ਤੌਰ 'ਤੇ ਚਾਹੁੰਦਾ, ਹੋਰ ਮਤਲਬ ਰਸਮੋਂ ਰਿਵਾਜ਼ਾਂ 'ਚ ਉਹ ਫਰੀਡਮ ਦਿੰਦਾ, ਐਕਸਪ੍ਰੈਸ਼ਨ ਆਫ ਰਿਲੀਜਨ। ਗੁਰੂ ਤੇਗ ਬਹਾਦਰ ਨੇ ਕਿਸ ਗੱਲ 'ਤੇ ਸ਼ਹਾਦਤ ਦਿੱਤੀ ਹੈ? ਫਰੀਡਮ ਆਫ ਐਕਸਪ੍ਰੈਸ਼ਨ ਆਫ ਰਿਲੀਜਨ। ਉਹ ਜਨੇਊ 'ਤੇ ਨਹੀਂ ਦਿੱਤੀ ਕਿ ਹਰ ਲੋਕਾਂ ਨੂੰ ਆਪਣੇ ਧਰਮ
ਨੂੰ ਆਪਣੇ ਰਸਮੋਂ ਰਿਵਾਜ਼ਾਂ ਤਾਂ ਹੀ ਮੰਨਣ ਦੀ ਆਗਿਆ ਹੋਣੀ ਚਾਹੀਦੀ ਹੈ, ਸਟੇਟ ਉਸ ਦੇ 'ਚ ਇੰਟਰਫੇਅਰ ਨਹੀਂ ਕਰ ਸਕਦੀ। ਇਹ ਆ ਉਹਦਾ ਵਿਚਾਰ। ਅੱਜ ਕੀ ਹੋ ਰਿਹਾ, ਅੱਜ ਮਾਫ਼ ਕਰਨਾ, ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਅਸੀਂ 18ਵੀਂ ਸਦੀ ਦੀ ਡਰੈਸ ਪਾ ਰਹੇ, ਕਛਹਿਰੇ ਪਾ ਲਏ, ਲੱਤਾਂ ਲੰਗੀਆਂ, ਪੈਰਾਂ 'ਚ ਕਦੇ ਜੁੱਤੀ ਪਾਉਂਦੇ ਆ ਪਤਾ ਨਹੀਂ, ਨਹੀਂ ਪਾਉਂਦੇ, ਔਰ ਚੋਗੇ ਪਾ ਲਏ, ਔਰ ਉਹ ਉਸ ਕਿਸਮ ਦੇ ਕਿ ਉਹਨੂੰ ਦਮਾਲੇ ਕਹਿੰਦੇ ਹੋ ਤੁਸੀਂ, ਉਹ ਭਾਈ 18ਵੀਂ ਸਦੀ ਦੀ, ਗੁਰੂ ਨਾਨਕ ਜਿਸ ਜਗ੍ਹਾ ਗਏ ਉਸ ਜਗ੍ਹਾ ਦੇ ਉੱਤੇ ਜਾ ਕੇ ਮਹਾਰਾਜ ਨੇ ਉਸੇ ਕਿਸਮ ਦੀ ਡਰੈਸ ਪਾਈ ਹੈ। ਠੰਡੇ ਮੁਲਕਾਂ 'ਚ ਗਏ, ਬੈਸਟ ਆਫ ਦੀ ਜਿਹੜੇ ਉੱਥੇ ਦੇ ਗਾਰਮੈਂਟ ਸੀ ਜੋ ਅਫੋਰਡ ਕਰ ਸਕਦੇ ਸੀ ਉਸ ਵੇਲੇ ਉਹ ਪਾਏ, ਗਰਮ ਮੁਲਕਾਂ 'ਚ ਗਏ ਗਰਮ ਪੋਸ਼ਾਕ ਪਹਿਨੀ, ਦਸਵੇਂ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਨੇ, ਬੈਸਟ ਆਫ ਦੀ ਕਲੋਥ ਅਤੇ ਹੋਰ ਜਿਹੜੇ ਉਸ ਵੇਲੇ ਅਵੇਲੇਬਲ ਸੀ ਉਹਨਾਂ ਦੇ ਕੋਲ ਜਿਸ ਕਿਸਮ ਦੇ ਸਾਧਨ, ਉਹਨਾਂ ਨੇ ਤਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਭਾਈ ਜਾਓ ਅਰਬ ਤੋਂ ਘੋੜੇ ਲਿਆਓ। ਘੋੜੇ ਤਾਂ ਹਿੰਦੁਸਤਾਨ 'ਚ ਵੀ ਉਸ ਵੇਲੇ ਮਿਲਦੇ ਸੀ, ਪਰ ਉਹਨਾਂ ਨੇ ਕਿਹਾ ਅਰਬੀ ਘੋੜੇ ਲੈ ਕੇ ਆਓ, ਸਿੱਖ ਨੂੰ ਸ਼ਾਨ ਦੇ ਨਾਲ ਰਹਿਣਾ, ਸਿੱਖ ਨੂੰ ਮੋਡਰਨਿਟੀ ਦੇ ਵਿੱਚ ਫਿਕਸ ਕਰਕੇ ਚੱਲਣਾ, ਅਸੀਂ ਪ੍ਰੋਗਰੈਸ ਕਰਨੀ ਹੈ ਲਾਈਫ ਦੇ ਵਿੱਚ। ਵੈਸਟ ਦੇ ਵਿੱਚ ਜਿਹੜੀ ਅੱਜ ਪ੍ਰੋਗਰੈਸ ਹੋਈ ਹੈ ਨਾ, ਉਹ ਇਸੇ ਕਰਕੇ ਹੋਈ ਹੈ ਕਿ ਉਹਨਾਂ ਨੇ ਮੋਡਰਨਿਟੀ ਨੂੰ ਐਕਸੈਪਟ ਕਰ ਲਿਆ ਜੀ। ਇੰਡਸਟਰੀ ਦੀ ਡਿਵੈਲਪਮੈਂਟ ਤਾਂ ਹੋਈ, ਕਮਰਸ ਦੀ, ਸਾਇੰਸ ਦੀ ਡਿਵੈਲਪਮੈਂਟ ਤਾਂ ਹੋਈ ਹੈ। ਅੱਜ ਅਮੈਰੀਕਾ ਸਾਰੀ ਦੁਨੀਆ ਦੇ ਸਾਇੰਟਿਸਟਾਂ ਨੂੰ ਖਿੱਚ ਕੇ ਲੈ ਜਾਂਦਾ ਵੱਡੇ ਵੱਡੇ ਤਨਖਾਹਾਂ ਦੇ ਕੇ, ਉਹਨਾਂ ਤੋਂ ਕੰਮ ਲੈਂਦਾ ਔਰ ਉਹਨਾਂ ਨੂੰ ਸਹੂਲਤਾਂ ਦਿੰਦਾ। ਸਾਨੂੰ ਵੀ ਅਕੋਮੋਡੇਸ਼ਨ ਦੇਣੀ ਚਾਹੀਦੀ ਆ ਦੂਸਰੇ ਪੁਆਇੰਟ ਆਫ ਵਿਊ। ਅਸੀਂ ਤਾਂ ਆਪਸ 'ਚ ਹੀ ਫਸੇ ਬੈਠੇ ਜੀ, ਬਹੁਤ ਜ਼ਿਆਦਾ ਫਸ ਗਏ, ਬਹੁਤ ਬੁਰੀ ਤਰ੍ਹਾਂ ਫਸ ਗਏ। ਔਰ ਉਹ ਜਿਹੜੇ ਲੋਕ ਨੰਗੀਆਂ ਲੱਤਾਂ ਵਾਲੇ ਆ, ਉਹ ਦੂਸਰਿਆਂ ਨੂੰ ਸਾਹ ਹੀ ਨਹੀਂ ਲੈਣ ਦਿੰਦੇ, ਔਰ ਉਹ ਦੂਜਿਆਂ ਨੂੰ ਗਾਲਾਂ ਕੱਢਦੇ ਆ ਵੀ ਇਹਨਾਂ ਨੇ ਪੈਂਟਾਂ ਪਾਈਆਂ ਵੀ ਆ, ਕੁੜੀਆਂ ਨੇ ਜੀਨਸ ਪਾਈਆਂ ਵੀ ਆ, ਕੁੜੀਆਂ ਨੇ ਸ਼ਰਟਸ ਪਾਏ ਹੋਏ ਆ। ਉਹ ਕਿਸ ਦੁਨੀਆ ਵਿੱਚ ਤੁਸੀਂ ਰਹਿ ਰਹੇ ਹੋ? ਤੁਸੀਂ ਜਿਹੜੀ ਮੋਡਰਨਿਟੀ ਦਾ ਫਲੋ ਆ ਉਸਨੂੰ ਰੋਕ ਨਹੀਂ ਸਕਦੇ, ਉਹ ਆਏਗਾ। ਜਿੰਨਾ ਤੁਸੀਂ ਰੋਕੋਗੇ ਓਨਾ ਹੀ ਆਰ ਐਸ ਐਸ ਸਾਜਾਂ ਤੋਂ ਅੱਜ ਇਹ ਸਾਜ ਆ ਗਏ। ਗੁਰੂ ਸਾਹਿਬ ਵੇਲੇ ਤੇ ਤੰਤੀ ਸਾਜ ਹੀ ਸੀ ਨਾ, ਉਹ ਯੈਸ ਸਾਨੂੰ ਇਹ ਆ ਗਏ, ਆ ਹਾਰਮੋਨੀਅਮ ਤੋਂ ਕਾਰਾਂ ਦੇ ਉੱਤੇ ਆ ਗਏ, ਬਿਲਕੁਲ ਕਾਫੀ ਤਬਦੀਲੀ ਨੂੰ ਗ੍ਰਹਿਣ ਕੀਤਾ ਆ। ਹਾਰਮੋਨੀਅਮ ਜਿਹੜਾ ਇੰਸਟਰੂਮੈਂਟ ਆ, ਇਹ ਗੁਰੂਆਂ ਵੇਲੇ ਥੋੜ੍ਹਾ ਸੀ, ਇਹ ਤਾਂ ਹੁਣ ਆਇਆ 19ਵੀਂ ਸਦੀ ਦੇ ਵਿੱਚ ਆਇਆ ਜੀ, ਪਰ ਤੁਸੀਂ ਉਸਨੂੰ ਅਡਾਪਟ ਕਰ ਲਿਆ, ਫਾਈਨ, ਫੇਅਰ ਐਂਡ ਲਵ, ਵਟਸ ਰੋਂਗ ਵਿਦ ਦੈਟ? ਹੁਣ ਤੁਸੀਂ ਕਾਰਾਂ 'ਤੇ ਚੜ੍ਹਦੇ ਹੋ, ਗੁਰੂ ਤਾਂ ਘੋੜਿਆਂ 'ਤੇ ਚੜ੍ਹਦੇ ਸੀ, ਕਾਰਾਂ ਵੀ ਫਿਰ ਜਿਹੜੇ ਸਾਧ ਆ ਚੋਗਿਆਂ ਵਾਲੇ, ਮਾਫ਼ ਕਰਨਾ, ਜਿਹੜੇ ਲੰਗੀਆਂ ਲੱਤਾਂ ਵਾਲੇ ਆ, ਕਰੋੜ ਤੋਂ ਘੱਟ ਤਾਂ ਉਹ ਕਾਰ ਨਹੀਂ ਲੈਂਦੇ। ਉੱਥੇ ਤਾਂ ਬੈਸਟ ਆਫ ਦੀ ਕਾਰ ਆ, ਅਤੇ ਦੂਸਰਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਕੱਛੇ ਪਾ ਲਓ ਅਤੇ ਜੁੱਤੀਆਂ ਵੀ ਨਾ ਪਾਓ ਪੈਰ ਦੇ ਵਿੱਚ, ਕਿੰਨੀ ਡਾਇਕੋਟਮੀ, ਕਿੰਨੀ ਕੰਟਰਡਿਕਸ਼ਨ। ਅੱਜ ਸਾਨੂੰ ਬੈਸਟ ਆਫ ਦੀ ਐਜੂਕੇਸ਼ਨ ਲੈਣੀ ਚਾਹੀਦੀ ਹੈ ਜੀ, ਬੈਸਟ ਆਫ ਦੀ ਸਕੂਲਸ ਚਾਹੀਦੇ ਆ ਸਾਡੇ, ਬੈਸਟ ਆਫ ਦੀ ਲਾਇਬ੍ਰੇਰੀਜ਼ ਚਾਹੀਦੀਆਂ ਸਾਡੀਆਂ। ਮੈਂ ਸਮਝਦਾ ਹਰ ਗੁਰਦੁਆਰੇ ਦੇ ਵਿੱਚ ਲਾਇਬ੍ਰੇਰੀ ਕੰਪਲਸਰੀ ਹੋਵੇ ਜੀ। ਇਹ ਸਾਨੂੰ ਆਪਣਾ ਇੱਕ ਡਿਕਟਮ, ਆਪਣਾ ਕਾਨੂੰਨ, ਜਾਤ ਜਿਹੜੇ ਸਿੱਖੀ ਦਾ ਕਾਨੂੰਨ ਆ, ਸ਼੍ਰੋਮਣੀ ਕਮੇਟੀ ਨੂੰ ਇਹ ਕਾਨੂੰਨ। ਹੁਣ ਦੇਖੋ ਗੱਲ ਕਿੱਡੀ ਟ੍ਰੈਜਡੀ ਹੈ, ਅਸੀਂ ਸੰਗੀਤਕਾਰਾਂ ਲਈ ਸਕੂਲ ਬਣਾ ਲਏ, ਕਾਲਜ ਬਣਾ ਲਏ, ਪ੍ਰਚਾਰਕਾਂ ਲਈ ਸਕੂਲ ਬਣਾ ਲਏ, ਕਾਲਜ ਬਣਾ ਲਏ, ਪਾਠੀਆਂ ਲਈ ਪ੍ਰਚਾਰ ਸਕੂਲ ਬਣਾ ਲਏ, ਕਾਲਜ। ਕੋਈ ਇੱਕ ਸਕੂਲ ਤੁਸੀਂ ਬਣਾਇਆ ਕਿ ਪੋਲੀਟੀਕਲ ਲੀਡਰਸ਼ਿਪ ਅਸੀਂ ਕਿਸ ਤਰ੍ਹਾਂ ਆਪਣੀ ਬਣਾਉਣੀ ਹੈ? ਕੀ ਬਾਤ ਹੈ! ਕੋਈ ਇੱਕ ਐਸੀ ਸੰਸਥਾ ਨਹੀਂ ਬਣਾਈ ਸਿੱਖਾਂ ਨੇ। ਸੈਂਕੜੇ ਕਰੋੜਾਂ ਦੀ ਤੁਹਾਡੇ ਬਜਟ ਆ, ਤੁਸੀਂ ਇੱਕ ਇੰਸਟੀਟਿਊਸ਼ਨ ਬਣਾਓ, ਕਿਸ ਤਰੀਕੇ ਨਾਲ ਬੱਚਿਆਂ ਨੂੰ ਗਰੂਮ ਕਰਨਾ, ਉਹਨਾਂ ਨੂੰ ਕਿਸ ਤਰ੍ਹਾਂ ਦੱਸਣਾ ਵੀ ਲੀਡਰਸ਼ਿਪ, ਪੋਲੀਟੀਕਲ ਪਾਵਰ ਕੀ ਚੀਜ਼ ਹੁੰਦੀ ਆ। IPS ਬਣਾਓ, IAS ਬਣਾਓ, IAS ਤੋਂ ਵੀ ਉੱਪਰ, IAS ਤੋਂ ਵੀ ਉੱਪਰ ਤੁਸੀਂ ਪੋਲੀਟੀਕਲ ਲੀਡਰਸ਼ਿਪ ਕਿਸ ਤਰ੍ਹਾਂ ਕੈਪਚਰ ਕਰਨੀ, ਪੋਲੀਟਿਕਸ ਕੀ ਆ ਹਿੰਦੁਸਤਾਨ ਦੀ, ਇੰਟਰਨੈਸ਼ਨਲ ਪੋਲੀਟਿਕਸ ਕਿਸ ਤਰੀਕੇ ਨਾਲ ਚੱਲ ਰਹੀ। ਅੱਜ ਦੀ ਦੁਨੀਆ 'ਚ, ਮਾਡਰਨ ਏਜ ਦੇ ਵਿੱਚ ਆਦਮੀ ਆਈਸੋਲੇਸ਼ਨ 'ਚ ਨਹੀਂ ਰਹਿ ਰਿਹਾ। ਅੱਜ ਤੁਸੀਂ, ਆਪਾਂ ਇਹ ਗੱਲ ਕਰ ਰਹੇ ਹਾਂ, ਤੁਸੀਂ ਇੱਕ ਮਿੰਟ 'ਚ ਅਮੈਰੀਕਾ 'ਚ ਇਹ ਗੱਲ ਪਹੁੰਚ ਜਾਏਗੀ ਜੀ, ਕੈਨੇਡਾ 'ਚ, ਆਸਟ੍ਰੇਲੀਆ, ਸਾਰੀ ਦੁਨੀਆ 'ਚ, ਯੂਰਪ ਦੇ ਵਿੱਚ ਪਹੁੰਚ ਜਾਏਗੀ। ਉੱਥੇ ਵੀ ਦੇਖੋ, ਮੈਂ ਹੈਰਾਨ ਹੁੰਦਾ, ਅਮੈਰੀਕਾ 'ਚ ਮੈਂ ਕਈ ਬਹੁਤ ਵਾਰੀ ਜਾਂਦਾ, ਸਾਲ 'ਚ ਦੋ ਦੋ ਤਿੰਨ ਤਿੰਨ ਮੇਰੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਕਈ ਜਗ੍ਹਾ ਜਾਂਦਾ, ਮੈਂ ਦੇਖਦਾ ਉੱਥੇ ਤੁਸੀਂ ਉਸ ਤਰ੍ਹਾਂ ਦੇ ਕੱਪੜੇ ਪਾਈ ਫਿਰਦੇ ਹੋ। ਵਾਟ ਫੋਰ? ਕਾਹਦੇ ਲਈ? ਕੀ ਉਹ ਕੱਪੜੇ ਤੁਹਾਨੂੰ ਗੁਰੂ ਦੇ ਨੇੜੇ ਲਿਆ ਦੇਣਗੇ? ਕੀ ਉਹ ਕੱਪੜਿਆਂ ਨਾਲ ਤੁਸੀਂ ਇੱਕ ਭੈ ਪੈਦਾ ਕਰ ਰਹੇ ਹੋ? ਮਾਫ਼ ਕਰਨਾ, ਆਪਣੀ ਕਮਿਊਨਿਟੀ 'ਚ ਵੀ ਕਰ ਰਹੇ ਹੋ, ਔਰ ਦੂਸਰੇ ਜਿਹੜੇ ਤੁਹਾਨੂੰ ਦੇਖਣ ਵਾਲੇ ਆ ਉਹ ਵੀ ਤੁਹਾਨੂੰ ਐਪਰੀਸ਼ੀਏਟ ਨਹੀਂ ਕਰ ਰਹੇ। ਜ਼ੋਰ ਲੱਗਣਾ ਚਾਹੀਦਾ ਸੀ ਵਿੱਦਿਆ ਲੈਣ 'ਤੇ ਜੀ, ਜ਼ੋਰ ਲੱਗਣਾ ਚਾਹੀਦਾ ਸੀ ਚੰਗੇ ਸਕੂਲ ਖੋਲ੍ਹਣ 'ਤੇ। ਤੁਸੀਂ ਜ਼ੋਰ ਲਾਤਾ 18ਵੀਂ ਸਦੀ ਦੀ ਡਰੈਸ ਨੂੰ ਪਾਉਣ 'ਤੇ ਕਿ ਤੁਸੀਂ ਬਹੁਤ ਵਧੀਆ ਸਿੱਖੋ।
मैं नहीं समझता इन्हां कपड़ियां दे नाल कोई वधिया सिख हो सकता। गुरु ने तो कदे पहरावे की इन्नी इंपोर्टेंस ही नहीं दी। सिखिज़म की चीज़ है एक गल समझ लेनी चाहिए, मैं थोड़े राही दसना। सच की गल हिंदू भी करता, सच की गल क्रिश्चन भी करता, जूडाइज़म भी करता। हिंदुइज़म दे विच जिहड़ा वर्ड व्यू है सत चित आनंद जी, सत चित आनंद मेमसा उन्होंने किताब है हिंदुइज़म की, उस दे विच ये सारी चीज़ लिखी हुई। सब तो स्ट्रेस है सच दे उत्ते। गांधी इसे करते कहते सच सच रबा सच ये है सच वो सारी गल सच ते करता, सच ते स्ट्रेस देंदा। गुरु उस सच नू बहुत उत्ते लै गया जी, जिथे हिंदू नहीं ले जा सकया। मैं हिंदुओं का क्रिटिक नहीं है, मैं वैसे तुम्हें दसना चाहना जी। गुरु की कहता, गुरु कहता सच तो उत्ते सच्चा आचार आ। ट्रुथ इज हायर, हायर स्टिल इज ट्रुथफुल लिविंग। सच ठीक है गुरु कहता, सच छोटे लैवल ते आ, लेकिन सच्चा जड़ा आचार आ, सच्चा ट्रुथफुल लिविंग आ जड़ी, ओ आ सब तो उत्ते। उस ते तुरन वाला, उस ते जड़ा रहन वाला, जड़ा जीवन, मतलब जीवन जे थोड़ा सच्चा नहीं, जे थोड़ा आचार सच्चा नहीं, तो तुसी किसे सच तो उत्ते सच्चा आचार है। बाणी दे विच लिखी गल, मैं तो नहीं कह रहा, सच्चार होने की गल। हाँ, सच्चार होने की गल की है। तो ट्रुथ तो बहुत छोटे लैवल की गल, गुरु ट्रुथ नू बहुत हायर लैवल ते लै गए। तो मेरा मतलब साडा हैगा जिहड़ा वर्ल्ड व्यू हिंदुओं का, सत चित आनंद हिंदुओं का वर्ल्ड व्यू, उसने गुरु ने सच नू भी अपने हिसाब नाल डिफाइन किया। साडा वर्ल्ड व्यू है लव प्यार, जे तो प्रेम फिलन का चौ सिर तली गली मारे तो मार्ग पैर त्रीजे सिर तीजे कान ना कीजे। साडा प्यार आ, असी प्यार कितने, असी तो नफरत दे उत्ते अपनी सारी सारा कुछ ही नफरत दे उत्ते ही बनाता। आ टकसाली आ प्रचारक आ, अखंड कीर्तनी आ, पेंटा वाला आ, शर्टा पाइया भी आ, कुड़िया दे उत्ते असी किस तरह का मतलब गंदे नफरत पदे कमेंट करते, साढ़े बच्चे आ, साडा वो साडा मतलब ब्लड एंड फ्लैश आ। उन्होंने हूँ तुम इस किस्म दियाँ मतलब चीज़ा दस रहे हो, इस किस्म का गाली गलोच कर रहे हो, शर्म आनी चाहिए। वैसट की प्रोग्रेस नू ट्राई टू अंडरस्टैंड दैट। उन्हां विच भी खामियां, उन्होंने अंडर द गार्ब ऑफ सैकुलरिज्म उन्होंने जेडे बहुत वधिया धर्म के इंस्टीट्यूशन वो गवा लिया, जिस तरह फैमिली का इंस्टीट्यूशन उन्होंने गवा लिया। जेड़ी हारमोनी फैमिली दे विच सी उन्हां तो टुट चुका है वैसट। सानू वो चीज़ कार ओ चीज़ अपने विच लियाउण दी लोड़ नहीं, वी सांझ करीजा गुण है केरी वाला सिद्धांत। हाँ, सांझ दे विच बैठ के परिवार दे विच बैठ के गुरु दा दित्ता, असी जदों लावां लैने आ शादी करदे आ तो गुरु नाल कमिटमेंट करदे आ। साडी गुरु नाल कमिटमेंट आ भी असी एक दूजे नाल सच्चे प्यार सत्कार दे नाल रहांगे, एक दूजे दे दुख सिख दे सहाई होवांगे, उस दे उत्ते असी बिल्ड करांगे अपना परिवार आ जिहड़ा। तो असी दुनिया नू दसना ग्रैंजर ऑफ सिखिज़म, ग्रेटनेस ऑफ सिखिज़म, यूनीकनेस ऑफ सिखिज़म जी। अज की आ असी अपने झगड़िया दे विच इन्ने असी छोटे हो गए, ना सिखिज़म नू समझिया, ना सिखिज़म विचार दा विद्या विचार दी आ, असी विचार करदे ही नहीं जी, असी मतलब किसी नाल डिस्कशन करदे ही नहीं, असी दूसरे दी दलील सुनन नूं तैयार ही नहीं, गालां जरूर कढ़दे, गालां जरूर दे दिंदे आ। तुहाडी पूरी विचार दा निचोड़ मैं जो कढ़दा पिया वां उह इह निकलदा पिया है कि अपने असूल ना छड्डो, असूल जिहड़े ने उह ना छड्डो, बाकी कपड़े नूं बहुत ही अहमियत नहीं, इह कुछ भी नहीं है। हाँ, इह तां तन ढकण वास्ते है। देखो जिहड़ी स्पिरिट आ सिखिज़म दी उह सब तों अहमियत रखदी, उस दे नाल तुसीं जुड़े रहो। ये तो एक थोड़ा मतलब तन नूं ढकण वाली चीज़ आ। सिखी सोच का नाम मैं भेखदा नहीं, बड़ी सोहने ढंग दे विच तुसीं दस्सिया भी बच्चों नूं हुण एजुकेशन दईए और एजुकेशन हायर एजुकेशन हायर, और उस दे विच फिलोसफी पढ़ाईए, उस दे विच असीं रिलीजन पढ़ाईए उन्हां नूं। ऐ नहीं जिस तरह तुसीं अज धर्म पढ़ा रहे, मैं समझदा बहुत गुनाह कर रहे, खास तौर ते वाले जिस तरह सिर सिट के बच्चे छोटे छोटे बच्चों नूं, उह सिखिज़म बहुत हायर रिलीजन आ। ਮੈਨੂੰ ਇਮਾਨਦਾਰੀ ਨਾਲ ਦੱਸਦਾ, ਮੈਂ ਅੱਜ ਵੀ ਸੁਬਹਾ ਕਿਤਾਬ ਸਿੱਖਿਜ਼ਮ ਬਾਰੇ ਪੜ੍ਹ ਰਿਹਾ ਸੀ ਵੀ ਰੱਬ ਦੀ ਡੈਫੀਨੇਸ਼ਨ ਕੀ ਹੈ ਸਿੱਖਿਜ਼ਮ ਦੇ ਵਿੱਚ। ਸੁਬਹਾ ਮੈਂ ਕਿਤਾਬ ਪੜ੍ਹ ਰਿਹਾ ਸੀ, ਨਾਲ ਇੱਕ ਡਿਕਸ਼ਨਰੀ ਲਿਖੀ ਹੋਈ ਸੀ। ਇਸ ਏਜ ਦੇ ਵਿੱਚ ਹਲੇ ਵੀ ਮੈਨੂੰ ਸਮਝ ਨਹੀਂ ਕਈ ਗੱਲਾਂ 'ਚ ਸਿੱਖਿਜ਼ਮ, ਮਾਫ਼ ਕਰਨਾ ਇਹ ਗੱਲ,
ਲੇਕਿਨ ਤੁਸੀਂ ਉਹ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਸਿਰਾਂ ਨੂੰ ਐਂ ਤੁਸੀਂ ਅੱਗੇ ਪੋਥੀਆਂ ਰੱਖ ਕੇ ਉਹਨਾਂ ਦੇ ਸਿਰਾਂ ਉਹ ਭਾਈ ਇਹ ਧਰਮ ਸਪਿਰਚੁਅਲਿਟੀ ਰਿਲੀਜਨ ਜਿਹੜੀ ਦੂਸਰੀ ਜ਼ਿੰਦਗੀ ਆ ਸਪਿਰਚੁਅਲਿਟੀ ਦੀ ਉਹ ਕੀ ਆ ਮਤਲਬ ਸਿੱਖ ਜਿਹੜਾ ਆਦਮੀ ਦਾ ਓਰੀਜਨ ਕਿੱਥੋਂ ਹੋਇਆ ਗੋਡ ਕੀ ਚੀਜ਼ ਆ ਉਹ ਉਹਨੇ ਛੋਟੇ ਬੱਚਿਆਂ ਨੂੰ ਕਿਉਂ ਭਾਰੂ ਕਰਦੇ ਆ ਉਹਨਾਂ ਦੇ ਖੇਡਣ ਦਾ ਟਾਈਮ ਆ ਉਹਨਾਂ ਦੇ ਖੇਡਣ ਕੁੱਦਣ ਦਾ ਟਾਈਮ ਆ ਉਹਨਾਂ ਨੂੰ ਉਹਨਾਂ ਨੇ ਵਧਣਾ ਫੁੱਲਣਾ ਬੱਚਿਆਂ ਨੇ ਪਿਆਰਿਆਂ ਨੇ ਕਿਉਂ ਤੁਸੀਂ ਉਹਨਾਂ ਨੂੰ ਬਚਪਨ ਉਹਨਾਂ ਦਾ ਤੁਸੀਂ ਬਿਲਕੁਲ ਤੁਸੀਂ ਬਹੁਤ ਸੋਹਣੇ ਢੰਗ ਦੇ ਵਿੱਚ ਦੱਸਿਆ ਵੀ ਬੱਚਿਆਂ ਨੂੰ ਐਜੂਕੇਸ਼ਨ ਦਿਓ ਔਰ ਫਾਲਤੂ ਦੇ ਬੋਝ ਨਾ ਪਾ ਕੇ ਉਹਨਾਂ ਦੀ ਪ੍ਰੋਗਰੈਸ ਜਿਹੜੀ ਨਾ ਰੋਕੀ ਜਾਵੇ ਮੈਂ ਦੇਖਦਾ ਮੈਨੂੰ ਬੜਾ ਤਰਸ ਆਉਂਦਾ ਜੀ ਮੈਨੂੰ ਬੜਾ ਦੁੱਖ ਆਉਂਦਾ ਪਰ ਉਹ ਗਰੀਬਾਂ ਦੇ ਗਰੀਬ ਸਿੱਖਾਂ ਦੇ ਪਰਿਵਾਰਾਂ ਦੇ ਬੱਚੇ ਪੜ੍ਹਾਈ ਨਹੀਂ ਕਰਵਾ ਸਕਦੇ ਉਹਨਾਂ ਨੂੰ ਤੁਸੀਂ ਪਾਠੀ ਬਣਾਈ ਜਾਂਦੇ ਉਹ ਪੁੱਛੋ ਪਾਠ ਨੂੰ ਸਮਝ ਤਾਂ ਲਓ ਹਾਂ ਉਹਦਾ ਇਸੈਂਸ ਤਾਂ ਅੰਡਰਸਟੈਂਡ ਕਰ ਲਓ ਉਹ ਕਿਵੇਂ ਛੋਟੇ ਛੋਟੇ ਬੱਚੇ 10-12-15-20-25 ਸਾਲ ਦਾ ਬੱਚਾ ਕਿਵੇਂ ਸਮਝ ਸਕਦਾ ਬਿਲਕੁਲ ਜੀ ਤੁਸੀਂ ਬਹੁਤ ਸੋਹਣੇ ਢੰਗ ਦੇ ਵਿੱਚ ਗੱਲਾਂ ਕੀਤੀਆਂ ਨੇ ਤੁਹਾਡੇ ਨਾਲ ਹੋਰ ਵੀ ਬੜੀਆਂ ਅਸੀਂ ਗੱਲਾਂ ਕਰਾਂਗੇ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਮਾਂ ਸਾਨੂੰ ਰੋਕਦਾ ਹੈ ਪਰ ਵਿਚਾਰਾਂ ਦਾ ਪ੍ਰਵਾਹ ਕਈ ਵਾਰੀ ਬਹੁਤ ਤੇਜ਼ ਚੱਲਦਾ ਹੈ ਪਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਜਾਂਦਾ ਵਾਂ ਕਿ ਅਗਲੇ ਹਫ਼ਤੇ ਵੀ ਮੇਰੇ ਨਾਲ ਸਰਦਾਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਹੋਣਗੇ ਅਤੇ ਕਰਾਂਗੇ ਇਸੇ ਵਿਸ਼ੇ ਦੇ ਉੱਪਰ ਵਿਚਾਰ ਕਿ ਯੂਥ ਨੂੰ ਅਸੀਂ ਕਿਵੇਂ ਸਿੱਧੇ ਰਾਹ ਦੇ ਉੱਪਰ ਪਾਉਣਾ ਕਿਉਂਕਿ ਐਨਰਜੀ ਹੈ ਪਰ ਦਿਸ਼ਾ ਨਹੀਂ ਹੈ ਹੁਣ ਜੇ ਐਨਰਜੀ ਹੋਵੇ ਗੱਡੀ ਹੈ ਸੜਕ ਬੜੀ ਸਾਫ਼ ਹੈ ਬੜੀ ਤੇਜ਼ ਖਿੱਚੀ ਜਾ ਰਹੀ ਹੈ ਪਰ ਪਤਾ ਹੀ ਨਾ ਹੋਵੇ ਕਿ ਜਾਣਾ ਕਿੱਥੇ ਆ ਦਿਸ਼ਾ ਤੋਂ ਹੱਟ ਕੇ ਹੋਵੇ ਅਸੀਂ ਆਪਣੀ ਮੰਜ਼ਿਲ ਤੋਂ ਦੂਰ ਚਲੇ ਜਾਵਾਂਗੇ ਮੰਜ਼ਿਲ ਦੇ ਨੇੜੇ ਆਉਣਾ ਹੈ ਤਾਂ ਸਾਨੂੰ ਇੱਕ ਦਿਸ਼ਾ ਵੀ ਚਾਹੀਦੀ ਹੈ ਸੋ ਇਸ ਕਰਕੇ ਅਸੀਂ ਬੱਚਿਆਂ ਨੂੰ ਕਿਵੇਂ ਅੱਗੇ ਲੈ ਕੇ ਆਉਣਾ ਇਹ ਗੁਰਦਰਸ਼ਨ ਸਿੰਘ ਢਿੱਲੋਂ ਸਾਨੂੰ ਅਗਲੇ ਹਫ਼ਤੇ ਵੀ ਦੱਸਣਗੇ ਦਿਓ ਆਪਣੇ ਸੇਵਕ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ